ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅਸੀਂ ਵੀ ਬਹੁਤ ਵਧੀਆ ਹਾਂ। ਸਾਨੂੰ ਕਈ ਭੈਣਾਂ ਦੇ ਮੈਸੇਜ, ਕਈ ਵੀਰਾਂ ਦੇ ਮੈਸੇਜ ਆਉਂਦੇ ਨੇ ਇੰਸਟਾਗ੍ਰਾਮ ਦੇ ਉੱਪਰ, ਤੇ ਸਭ ਤੋਂ ਪੁੱਛਿਆ ਜਾਂਦਾ ਕਿ ਵੀ ਅਸੀਂ ਵੀ ਵਲੋਗਿੰਗ ਕਰਨਾ ਚਾਹੁੰਦੇ ਹਾਂ, ਵੀ ਅਸੀਂ ਵੀ ਕੋਈ ਵੀਡੀਓਸ ਯੂਟਿਊਬ 'ਤੇ ਪਾਉਣਾ ਚਾਹੁੰਦੇ ਹਾਂ, ਜਾਂ ਜੇ ਕਈ ਜਣੇ ਕਹਿੰਦੇ ਨੇ ਅਸੀਂ ਵੀਡੀਓਸ ਪਾ ਰਹੇ ਹਾਂ, ਸਾਨੂੰ ਕੋਈ ਰਿਸਪੌਂਸ ਨਹੀਂ ਆਉਂਦਾ ਉਹਦਾ ਵੀਡੀਓ ਦਾ, ਅਸੀਂ ਇੰਨੀ ਵੀਡੀਓਸ ਪਾ ਚੁੱਕੇ ਹਾਂ। ਕਈ ਜਣੇ ਕਹਿ ਦਿੰਦੇ ਆ ਵੀ ਚੈਨਲ ਕਿੱਦਾਂ ਬਣਾਉਣਾ, ਚੈਨਲ ਦੇ ਵੀਡੀਓਸ ਤੁਸੀਂ ਕਿਵੇਂ ਪਾਉਂਦੇ ਹੋ, ਕਿਹੜਾ ਕਿਹੜਾ ਸਮਾਨ ਯੂਜ਼ ਕਰਦੇ ਹੋ। ਅੱਜ ਤੁਹਾਡੇ ਸਾਰੇ ਇਹਨਾਂ ਗੱਲਾਂ ਦੇ ਜਵਾਬ ਦੇਵਾਂਗੇ ਵੀ ਚੈਨਲ ਕਿਵੇਂ ਕ੍ਰੀਏਟ ਕਰੀਦਾ, ਇੱਕ ਯੂਟਿਊਬ 'ਤੇ ਵਲੋਗਿੰਗ ਕਿਵੇਂ ਕਰੀਦੀ ਹੈ, ਕਿਹੜਾ ਕਿਹੜਾ ਸਮਾਨ ਦੀ ਤੁਹਾਨੂੰ ਜ਼ਰੂਰਤ ਪੈ ਸਕਦੀ ਹੈ ਵਲੋਗਿੰਗ ਲਈ, ਕੀ ਮਤਲਬ ਜੋ ਵੀ ਇਹ ਸਾਰਾ ਵਲੋਗਿੰਗ ਸੈਟਅਪ ਕਿਹੜਾ ਹੁੰਦਾ, ਅੱਜ ਤੁਹਾਨੂੰ ਸਾਰਾ ਦੱਸਦੇ ਹਾਂ ਵਿਦ ਡਿਟੇਲ। ਸਭ ਤੋਂ ਪਹਿਲਾਂ ਜੀ, ਜਦੋਂ ਆਪਾਂ ਯੂਟਿਊਬ ਦੇ ਉੱਪਰ ਕੋਈ ਵੀਡੀਓਜ਼ ਬਣਾਉਣੀਆਂ ਹੁੰਦੀਆਂ ਨੇ, ਇੱਕ ਚੀਜ਼ ਦਾ ਖਾਸ ਧਿਆਨ ਰੱਖੀਦਾ ਕਿ ਜਿਹੜੀ ਆਪਾਂ ਵੀਡੀਓ ਬਣਾਉਣੀ ਹੈ ਉਹ ਇੱਕੋ ਜਿਹੇ ਕੰਟੈਂਟ ਦੀ ਹੋਣੀ ਚਾਹੀਦੀ ਹੈ। ਕਹਿਣ ਦਾ ਮਤਲਬ, ਜਿਵੇਂ ਅਸੀਂ ਵਲੋਗ ਬਣਾਉਂਦੇ ਹਾਂ, ਅਸੀਂ ਕਪਲ ਵਲੋਗਿੰਗ ਕਰਦੇ ਹਾਂ, ਠੀਕ ਹੈ। ਕਪਲ ਵਲੋਗਿੰਗ ਇੱਕ ਸਭ ਤੋਂ ਸੌਖਾ ਜ਼ਰੀਆ ਜਿਹਦੇ ਵਿੱਚ ਤੁਸੀਂ ਕਾਫੀ ਕੁਛ ਇਨਵੋਲਵ ਕਰ ਸਕਦੇ ਹੋ, ਹੈ ਨਾ। ਜਿਵੇਂ ਇੱਕ ਟਰੈਵਲ ਵਲੋਗਰ ਨੇ ਤਾਂ ਉਹਨਾਂ ਨੂੰ ਟਰੈਵਲ ਹੀ ਕਰਨਾ ਪੈਂਦਾ, ਵਾਰ ਵਾਰ ਟਰੈਵਲਿੰਗ ਕਰਨੀ ਪੈਂਦੀ, ਦਿਖਾਉਣਾ ਪੈਂਦਾ, ਕਿਉਂਕਿ ਟਰੈਵਲ ਵਲੋਗਰ ਦਾ ਮਤਲਬ ਹੀ ਟਰੈਵਲ ਹੋ ਗਿਆ। ਫੂਡ ਵਲੋਗਰ ਦਾ ਮਤਲਬ ਉਹਨਾਂ ਨੂੰ ਫੂਡ ਰਿਲੇਟਿਡ ਹੀ ਵੀਡੀਓਜ਼ ਬਣਾ ਸਕਦੇ ਨੇ, ਲੇਕਿਨ ਕਪਲ ਵਲੋਗਿੰਗ ਇੱਦਾਂ ਦੀ ਹੈ ਕਿ ਆਪਾਂ ਕੁਛ ਵੀ ਬਣਾ ਸਕਦੇ ਹਾਂ ਵੀਡੀਓਜ਼, ਹੈ ਨਾ। ਦੂਸਰੇ ਨੰਬਰ 'ਤੇ ਕਈ ਜਣੇ ਸਿੰਗਲ ਵਲੋਗ ਵੀ ਬਣਾਉਂਦੇ ਨੇ, ਹੈ ਨਾ, ਇਕੱਲੇ ਵੀ ਹੁੰਦੇ ਨੇ, ਉਹ ਵੀ ਨੋਰਮਲ, ਜਿਵੇਂ ਮੰਨ ਲਓ ABC ਵਲੋਗਸ, ਕੋਈ ਕਿਰਨ ਵਲੋਗਸ, ਜਿਉਣਾ ਵਲੋਗਸ, ਇਹਦੇ ਵਿੱਚ ਕੋਈ ਇੱਕ ਪਰਟੀਕੁਲਰ ਟਾਰਗੇਟ ਨਹੀਂ ਗਾ, ਮੈਂ ਕੁਛ ਵੀ ਬਣਾ ਸਕਦਾ ਜੇ ਮੰਨ ਲਓ ਮੈਂ ਆਪਣਾ ਸਿੰਗਲ ਚੈਨਲ ਬਣਾਉਣਾ। ਦੂਸਰੀ ਗੱਲ, ਜਦੋਂ ਤੁਸੀਂ ਯੂਟਿਊਬ 'ਤੇ ਚੈਨਲ ਬਣਾਉਣਾ, ਇੱਕ ਚੀਜ਼ ਦਾ ਖਾਸ ਇੱਕ ਹੋਰ ਧਿਆਨ ਰੱਖਣਾ ਕਿ ਜਿਹੜੀ ਵੀਡੀਓਜ਼ ਤੁਸੀਂ ਅਪਲੋਡ ਕਰਨੀਆਂ ਨੇ, ਜਾਂ ਤਾਂ ਤੁਸੀਂ ਇੱਕ ਪੈਟਰਨ ਦੇ ਨਾਲ ਅਪਲੋਡ ਕਰਨੀਆਂ ਸਟਾਰਟ ਕਰਿਓ, ਜਾਂ ਤਾਂ ਰੋਜ਼ ਵੀਡੀਓ ਅਪਲੋਡ ਜੇ ਤੁਸੀਂ ਕਰ ਸਕਦੇ ਹੋ, ਤੁਹਾਡੇ ਕੋਲ ਇੰਨਾ ਕੰਟੈਂਟ ਹੈਗਾ ਕਿ ਡੇਲੀ ਪਾ ਸਕਦੇ ਹੋ, ਫਿਰ ਡੇਲੀ ਵੀਡੀਓ ਪਾਉਣੀ ਹੈ, ਡੇਲੀ ਬਿਨਾਂ ਗੈਪ ਦਿੱਤੇ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਇੰਨਾ ਕੰਟੈਂਟ ਨਹੀਂ ਹੈ, ਤਾਂ ਤੁਸੀਂ ਹਫ਼ਤੇ ਦੇ ਵਿੱਚ 3 ਜਾਂ 2 ਵੀਡੀਓਜ਼ ਵੀ ਪਾ ਸਕਦੇ ਹੋ, ਫਿਰ ਐਡੀ ਕੋਈ ਪ੍ਰੋਬਲਮ ਨਹੀਂ, ਕਿਉਂਕਿ ਤੁਹਾਡੇ ਜਿਹੜੀ ਆਡੀਅੰਸ ਹੁੰਦੀ ਹੈ ਉਹਨਾਂ ਨੂੰ ਇੱਕ ਉਹ ਬਣ ਜਾਂਦਾ, ਉਹਨਾਂ ਦਾ ਸਿਸਟਮ ਬਣ ਜਾਂਦਾ ਵੀ ਹਾਂ ਵੀ ਮੈਂ ਇਹਦੇ ਵਲੋਗ ਦੇਖਦਾ, ਇਹਦੀ ਵੀਡੀਓ ਦੇਖਦਾ, ਅਤੇ ਇਹਦੀਆਂ ਵੀ ਹਫ਼ਤੇ ਵਿੱਚ 2 ਜਾਂ 3 ਵੀਡੀਓਜ਼ ਹੀ ਆਉਂਦੀਆਂ ਨੇ, ਹੈ ਨਾ, ਉਹਨਾਂ ਨੂੰ ਉਹਦੀ ਆਦਤ ਪੈ ਜਾਂਦੀ ਹੈ। ਦੂਸਰੇ ਨੰਬਰ 'ਤੇ, ਜਦੋਂ ਦੋਸਤੋ ਆਪਾਂ ਵਲੋਗ ਬਣਾਉਂਦੇ ਹਾਂ, ਉਹਦੇ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਰਿਟੈਂਸ਼ਨ ਰੇਟ। ਰਿਟੈਂਸ਼ਨ ਰੇਟ ਦਾ ਮਤਲਬ ਕੀ ਹੈ? ਜਦੋਂ ਮੰਨ ਲਓ ਆਪਾਂ ਇੱਕ ਵੀਡੀਓ ਪਾਤੀ, ਹੈ ਨਾ, ਜਿਹੜੀ ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਹੁੰਦਾ ਕਿ ਵਲੋਗ ਪੂਰਾ ਦੇਖਿਆ ਕਰੋ। ਮੰਨ ਲਓ ਮੈਂ 3 ਮਿੰਟ ਦਾ ਵਲੋਗ ਪਾਇਆ, ਜਾਂ 3 ਮਿੰਟ ਦੀ ਯੂਟਿਊਬ 'ਤੇ ਵੀਡੀਓ ਪਾਈ, ਜਾਂ 10 ਮਿੰਟ ਦੀ, ਮੈਂ 10 ਮਿੰਟ ਲੈ ਕੇ ਚੱਲਦਾ, ਮੈਂ 10 ਮਿੰਟ ਦੀ ਵੀਡੀਓ ਪਾਈ, ਤੁਸੀਂ ਦੇਖਣੀ ਸ਼ੁਰੂ ਕੀਤੀ, ਕਿਸੇ ਨੇ ਉਹ ਵੀਡੀਓ 2 ਮਿੰਟ ਦੇਖੀ, ਕਿਸੇ ਨੇ 5 ਮਿੰਟ ਦੇਖੀ, ਕਿਸੇ ਨੇ 7 ਮਿੰਟ ਦੇਖੀ, ਕਿਸੇ ਨੇ 3 ਮਿੰਟ ਦੇਖੀ, ਕਿਸੇ ਨੇ ਅੱਧਾ ਮਿੰਟ ਦੇਖੀ, ਹੈ ਨਾ। ਉੱਥੇ ਡਿਪੈਂਡ ਕਰਦਾ ਵੀ ਉਹਦੀ ਰੇਸ਼ੋ ਕਿੰਨੀ ਹੈ, ਵੀ ਕਿੰਨੀ ਜ਼ਿਆਦਾ ਦੇਖ ਰਹੇ, ਜਿੰਨੀ ਜ਼ਿਆਦਾ ਦੇਖੀ ਜਾਏਗੀ ਵੀਡੀਓ ਉਨੀ ਜ਼ਿਆਦਾ ਉਹ ਵੀਡੀਓ ਫੈਲਦੀ ਹੈ, ਯੂਟਿਊਬ ਆਪਣੇ ਆਪ ਉਹਨੂੰ ਫੈਲਾ ਦਿੰਦਾ। ਜਿੰਨੀ ਉਹ ਘੱਟ ਦੇਖੀ ਜਾਏਗੀ, ਮੰਨ ਲਓ 2 ਮਿੰਟ 10 ਮਿੰਟ ਦੀ ਵੀਡੀਓ 1-1 ਮਿੰਟ, ਅੱਧਾ ਅੱਧਾ ਮਿੰਟ, 1.5 ਮਿੰਟ ਦੇਖ ਰਹੇ ਨੇ, ਤਾਂ ਯੂਟਿਊਬ ਉਹਨੂੰ ਫੈਲਾਏਗਾ ਨਹੀਂ, ਉੱਤੇ ਫਿਰ ਵੀਡੀਓ ਦੱਬੀ ਰਹਿ ਜਾਂਦੀ ਹੈ। ਇਸ ਕਰਕੇ ਰਿਟੈਂਸ਼ਨ ਰੇਟ ਬਹੁਤ ਮੈਟਰ ਕਰਦਾ। ਦੂਸਰੇ ਨੰਬਰ 'ਤੇ, ਜਿਹੜਾ ਚੈਨਲ ਨਵਾਂ, ਕਦੇ ਵੀ ਤੁਸੀਂ ਸੁਣਿਆ ਹੋਏਗਾ ਵੀ ਉਹਨੇ ਚੈਨਲ ਖਰੀਦ ਲਿਆ 5,000 ਸਬਸਕ੍ਰਾਈਬਰ ਦਾ, 10,000 ਸਬਸਕ੍ਰਾਈਬਰ ਦਾ, ਚੈਨਲ ਕਦੇ ਵੀ ਨਾ ਖਰੀਦੋ, ਕਿਉਂਕਿ ਉਸ ਚੈਨਲ ਦਾ ਰਿਟੈਂਸ਼ਨ ਰੇਟ ਆਲਰੇਡੀ ਬਣਿਆ ਹੁੰਦਾ ਹੈ, ਉਹਦੇ ਆਪਣੇ ਇੱਕ ਆਡੀਅੰਸ ਬਣੀ ਹੁੰਦੀ ਹੈ, ਉਹ ਸਬਸਕ੍ਰਾਈਬਰ ਕਿਸੇ ਵੀ ਕੰਮ ਦੇ ਨਹੀਂ ਹੁੰਦੇ, ਅਤੇ ਨਾ ਹੀ ਉਹ ਚੈਨਲ ਤੁਹਾਨੂੰ ਗਰੋਥ ਦੇਗਾ। ਜਿਹੜਾ ਫਰੈਸ਼ ਚੈਨਲ ਹੋਏਗਾ ਨਾ, ਬਿਲਕੁਲ ਤਾਜ਼ਾ ਚੈਨਲ, ਉਹ ਬਿਲਕੁਲ ਵਧੀਆ ਗਰੋਥ ਦੇਗਾ ਤੁਹਾਨੂੰ। ਇਸ ਕਰਕੇ ਹਮੇਸ਼ਾ ਫਰੈਸ਼ ਚੈਨਲ ਬਣਾਓ। ਚੈਨਲ ਵੀ ਬਣਾ ਲਿਆ ਤੁਸੀਂ, ਤੁਸੀਂ ਕੰਟੈਂਟ ਵੀ ਡਿਸਾਈਡ ਕਰ ਲਿਆ ਤੁਸੀਂ ਕਿੱਦਾਂ ਦਾ ਬਣਾਉਣਾ, ਤੁਸੀਂ ਸਾਰਾ ਕੁਝ ਕਰ ਲਿਆ, ਹੁਣ ਵੀਡੀਓ ਬਣਾਉਣ ਵਾਸਤੇ ਸਮਾਨ ਕੀ ਚਾਹੀਦਾ? ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਵਲੌਗ ਬਣਾਉਣੇ ਸ਼ੁਰੂ ਕੀਤੇ ਸੀ ਨਾ, ਉਦੋਂ ਸਾਡੇ ਕੋਲ iPhone 13 ਸੀ। ਅਸੀਂ iPhone 13 ਤੋਂ ਹੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ, ਕਿਉਂਕਿ ਇਹਦੀ ਕੁਆਲਿਟੀ ਬਹੁਤ ਅੱਛੀ ਹੈ, ਵੀਡੀਓ ਕੁਆਲਿਟੀ ਜਿਹੜੀ ਬਹੁਤ ਅੱਛੀ ਹੈ। ਬਾਕੀ ਕਈ ਲੋਕ ਨੋਰਮਲ ਫੋਨਾਂ 'ਤੇ ਵੀ ਬਣਾਉਂਦੇ ਨੇ, ਜਿਵੇਂ ਹੋ ਗਏ ਰੈਡਮੀ ਹੋ ਗਿਆ, ਵੀਵੋ, ਓਪੋ, ਜੋ ਵੀ ਤੁਹਾਡੇ ਕੋਲ ਅਵੇਲੇਬਲ ਆ ਫੋਨ, ਜਿਹੜਾ ਵੀ। ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਆਈਫੋਨ 'ਤੇ ਹੀ ਬਣਾਓ, ਬਟ ਇਹ ਹੁੰਦਾ ਕਿ ਆਈਫੋਨ ਦੀ ਥੋੜ੍ਹੀ ਕੁਆਲਿਟੀ ਅੱਛੀ ਹੁੰਦੀ ਹੈ, ਜ਼ਿਆਦਾ ਵਧੀਆ ਕਲੀਅਰ ਸੋਹਣਾ ਦਿਖਦਾ ਵਾ, ਤੇ ਆਈਫੋਨ ਦੀ ਜਿਹੜੀ ਕਿਰਨ ਨੇ ਸਹੀ ਦੱਸਿਆ, ਵੀਵੋ, ਓਪੋ ਤੁਸੀਂ ਹਰ ਇੱਕ ਫੋਨ ਤੋਂ ਬਣਾ ਸਕਦੇ ਹੋ, ਲੇਕਿਨ ਕੁਆਲਿਟੀ ਨਾ ਮੈਟਰ ਕਰਦੀ ਹੈ। ਜਦੋਂ ਆਪਾਂ ਵਲੋਗ ਦੇਖਦੇ ਹਾਂ, ਉਹਦੀ ਪਿਕਚਰ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ, ਬਸ ਉਹਦਾ ਧਿਆਨ ਰੱਖਿਓ। ਲੇਕਿਨ ਕੋਈ ਗੱਲ ਨਹੀਂ, ਸਟਾਰਟਿੰਗ ਤੋਂ ਤੁਸੀਂ ਇੱਕ ਕੋਈ ਵੀ ਫੋਨ ਤੋਂ ਵੀਡੀਓ ਬਣਾ ਸਕਦੇ ਹੋ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਗੀ। ਜਿੱਦਾਂ ਜਿੱਦਾਂ ਅਸੀਂ ਫਿਰ ਵਲੋਗਿੰਗ ਸ਼ੁਰੂ ਕਰਤੀ ਅੱਗੋਂ, ਉਸ ਤੋਂ ਬਾਅਦ ਇੱਕ ਹੋਰ ਫੋਨ ਦੀ ਲੋੜ ਪਈ ਸੀ, ਅਸੀਂ ਆਹ ਲੈ ਲਿਆ ਸੀ iPhone 14 Pro Max, ਇਹ ਮੰਮੀ ਉਹਨਾਂ ਨੇ ਸਾਨੂੰ ਬਾਹਰੋਂ ਲਿਆ ਕੇ ਦਿੱਤਾ ਸੀ। ਅਸੀਂ ਇੱਥੋਂ ਤੁਸੀਂ ਦੇਖੇ ਹੋਣਗੇ, ਪੁਰਾਣੇ ਲੋਕ ਲੈਣ ਗਏ ਸੀ, ਕੋਈ ਦਿੱਕਤ ਪੈ ਗਈ ਸੀ, ਲੜਾਈ ਹੋਈ ਦੁਕਾਨ ਵਾਲੇ ਨਾਲ,
ਸੇ ਬਾਹਰੋਂ ਮੰਗਾ ਲਿਆ ਸੀ ਸਾਨੂੰ ਬਾਹਰੋਂ ਸਸਤਾ ਪੈ ਗਿਆ ਹੁਣ ਇਹ ਦੋ ਫੋਨ ਅਸੀਂ ਤਾਂ ਯੂਜ਼ ਕਰਦੇ ਆ ਇੱਕ ਤਾਂ ਸਪੀਡ ਤੇ ਕੰਟੈਂਟ ਬਣਦਾ ਜਾਂ ਮੈਂ ਬੱਚੇ ਬਾਹਰ ਹੋਵਾਂ ਕਿਰਨ ਬਣਾ ਲੈਣ ਕਿਰਨ ਬਣਾ ਲੈਣ ਮਤਲਬ ਸਪੀਡ ਤੇ ਕੰਮ ਹੋ ਜਾਂਦਾ ਸਾਡੇ ਕੋਲ ਹੁਣ ਦੋ ਫੋਨ ਨੇ ਜਿਨ੍ਹਾਂ ਤੋਂ ਅਸੀਂ ਵਲੋਗਿੰਗ ਕਰਦੇ ਹਾਂ ਉਸ ਤੋਂ ਇਲਾਵਾ ਇੱਕ ਇਹ ਇੱਕ ਛੋਟੀ ਜਿਹੀ ਸੈਲਫੀ ਸਟਿੱਕ ਹੈ ਇਹ ਆਰਾਮ ਨਾਲ 300-400 ਰੁਪਏ ਦੀ ਮਿਲ ਜਾਂਦੀ ਹੈ ਇਹ ਲਾਈਟ ਵੀ ਲੱਗੀ ਹੋਈ ਹੈ ਇਹਦੇ 'ਚ ਇਹਦੇ 'ਚ ਫੋਨ ਆਪਾਂ ਫਿੱਟ ਕਰ ਸਕਦੇ ਹਾਂ ਇੱਦਾਂ ਫੋਨ ਫੜ ਕੇ ਆਪਾਂ ਵਲੋਗ ਬਣਾ ਸਕਦੇ ਹਾਂ ਐਵੇਂ ਮੂਵ ਕਰ ਸਕਦੇ ਹਾਂ ਕਿਉਂਕਿ ਹੈਂਡੀ ਹੋ ਜਾਂਦਾ ਹੈ ਇਹਦੀ ਲੋੜ ਬਹੁਤ ਜ਼ਿਆਦਾ ਪੈਂਦੀ ਹੈ ਵਲੋਗਿੰਗ ਦੇ ਹੱਥ ਵਿੱਚ ਫੜ ਕੇ ਇੱਦਾਂ ਵਲੋਗ ਨਹੀਂ ਬਣਦਾ ਅਤੇ ਇਹ ਇਹ ਬਣੀ ਹੋਈ ਜਲਦੀ ਜਲਦੀ ਤੁਸੀਂ ਆਪਣੇ ਵੱਲ ਘੁਮਾ ਲੈਂਦੇ ਹੋ ਇੱਧਰ ਘੁਮਾ ਲੈਂਦੇ ਹੋ ਦੂਜੀ ਗੱਲ ਅਸੀਂ ਜਿਹੜਾ ਵਲੋਗ ਬਣਾਉਂਦੇ ਹਾਂ ਅਸੀਂ ਫਰੰਟ ਕੈਮਰੇ ਤੋਂ ਨਹੀਂ ਬਣਾਉਂਦੇ ਅਸੀਂ ਇਹਦੇ ਬੈਕ ਕੈਮਰੇ ਤੋਂ ਬਣਾਉਂਦੇ ਹਾਂ ਪਿਛਲੇ ਕੈਮਰੇ ਤੋਂ ਆਹ ਦੇਖੋ ਅਸੀਂ ਆਪਣੇ ਵੱਲ ਐਵੇਂ ਉਲਟਾ ਫੋਨ ਆਪਣੇ ਵੱਲ ਕਰਕੇ ਰੱਖਦੇ ਹਾਂ ਆਪਣੇ ਆਪ ਨੂੰ ਨਹੀਂ ਦੇਖਦੇ ਕਾਰਨ ਕੀ ਕਿ ਬੈਕ ਕੈਮਰਾ ਬਹੁਤ ਵਧੀਆ ਇਹਦੀ ਕੁਆਲਿਟੀ ਹੁੰਦੀ ਹੈ ਤਾਂ ਕਰਕੇ ਅਸੀਂ ਬੈਕ ਕੈਮਰੇ ਤੋਂ ਬਣਾਉਂਦੇ ਹਾਂ ਹੁਣ ਦੋਸਤੋ ਜਦੋਂ ਵਲੋਗ ਬਣਾਉਂਦੇ ਹਾਂ ਆਹ ਸਭ ਤੋਂ ਪਹਿਲਾਂ ਮੈਂ ਲਿਆਂਦਾ ਸੀ ਟ੍ਰਾਈਪੋਡ ਜਿਹਦੇ ਉੱਪਰ ਮੈਂ ਰਿੰਗ ਲਾਈਟ ਲਾ ਕੇ ਰੱਖੀ ਹੋਈ ਹੈ ਕਦੇ ਲਾਈਵ ਲੂਵ ਵੀ ਹੋਣਾ ਹੁੰਦਾ ਜਾਂ ਕੋਈ ਵੈਸੇ ਇਹਦੀ ਸਾਡੀ ਰਿੰਗ ਲਾਈਟ ਦਾ ਕੋਈ ਫਾਇਦਾ ਨਹੀਂ ਹੈਗਾ ਸਾਡੇ ਕੰਮ ਕਿਸੇ ਨਹੀਂ ਆਉਂਦੀ ਇਹ ਸਾਡੇ ਕੰਮ ਆਉਂਦੀ ਨਹੀਂ ਗੀ ਜ਼ਿਆਦਾ ਅਸੀਂ ਮਤਲਬ ਵੈਸੇ ਰੱਖੀ ਹੋਈ ਹੈ ਇਹ ਟ੍ਰਾਈਪੋਡ ਹੈ ਕਿ ਜਿਵੇਂ ਮੰਨ ਲਓ ਅਸੀਂ ਦੋਨਾਂ ਨੇ ਕਦੇ ਵੀਡੀਓ ਬਣਾਉਣੀ ਹੁੰਦੀ ਹੈ ਇਹ ਲਗਾ ਕੇ ਅਸੀਂ ਸ਼ੂਟ ਕਰ ਲੈਂਦੇ ਹਾਂ ਬਟ ਇਹਦਾ ਇੱਕ ਸਾਨੂੰ ਇਹ ਨੁਕਸਾਨ ਲੱਗਦਾ ਕਿ ਇਹਨੂੰ ਅਸੀਂ ਜ਼ਿਆਦਾ ਕੈਰੀ ਨਹੀਂ ਕਰ ਸਕਦੇ ਘਰ ਦੇ ਵਿੱਚ ਇਹਨੂੰ ਸ਼ੂਟ ਕਰਨਾ ਹੋਵੇ ਰੱਖ ਕੇ ਉਦੋਂ ਕਰ ਲੈਂਦੇ ਹਾਂ ਕਿਉਂਕਿ ਇਹ ਫੋਲਡ ਤਾਂ ਹੋ ਜਾਂਦਾ ਲੇਕਿਨ ਫਿਰ ਵੀ ਸਪੇਸ ਜ਼ਿਆਦਾ ਘੇਰਦਾ ਉਸ ਤੋਂ ਇਲਾਵਾ ਇਹ ਹੈ ਜੀ ਮੋਨੋਪੋਡ ਇਹ ਮੋਨੋਪੋਡ ਹੈ ਸਿੰਗਲ ਡੰਡੀ ਵਾਲਾ ਇਹਨੂੰ ਅਸੀਂ ਫੋਲਡ ਕਰਕੇ ਜਿਵੇਂ ਮਰਜ਼ੀ ਆਰਾਮ ਨਾਲ ਬੈਗ 'ਚ ਵੀ ਪਾ ਲੈਂਦੇ ਹਾਂ ਗੱਡੀ 'ਚ ਵੀ ਰੱਖ ਲੈਂਦਾ ਇਹ ਆਰਾਮ ਨਾਲ ਚਲਾ ਜਾਂਦਾ ਇਹ ਕਿਤੇ ਮਰਜ਼ੀ ਅਸੀਂ ਸ਼ੂਟ ਕਰਨਾ ਹੋਵੇ ਇਹ ਮੋਨੋਪੋਡ ਯੂਜ਼ ਕਰਦੇ ਹਾਂ ਅਸੀਂ ਠੀਕ ਹੈ ਸ਼ੂਟਿੰਗ ਵਾਸਤੇ ਤੇ ਰੀਲਾਂ ਬਣਾਉਣ ਵਾਸਤੇ ਰੀਲਾਂ ਬਣਾਉਣ ਵਾਸਤੇ ਬੜੇ ਕੰਮ ਆਉਂਦਾ ਇਹ ਹਨਾ ਕਿਉਂਕਿ ਬਾਹਰ ਕਿਤੇ ਹੁਣ ਕੋਈ ਨਾ ਹੋਵੇ ਕਿਸੇ ਨੂੰ ਨਹੀਂ ਕਹਿ ਸਕਦੇ ਕਈ ਵਾਰੀ ਆਪਾਂ ਹਨਾ ਆਪਾਂ ਫਿਰ ਇਹਨੂੰ ਰੱਖ ਕੇ ਆਪ ਹੀ ਤੁਰਦੇ ਫਿਰਦੇ ਰਹਿੰਦੇ ਆ ਫਿਰ ਆ ਜਾਂਦਾ ਜੀ ਆਹ ਦੇਖੋ ਗਿੰਬਲ ਸਭ ਤੋਂ ਪਹਿਲਾਂ ਮੇਰੇ ਕੋਲ ਆਹ ਵੱਡਾ ਗਿੰਬਲ ਸੀ ਤੁਸੀਂ ਜਦੋਂ ਦੇਖਿਆ ਹੋਣਾ ਸੀ ਗਏ ਸੀ ਦੁਬਈ ਗਏ ਸੀ ਉਦੋਂ ਆਹ ਗਿੰਬਲ ਲੈ ਕੇ ਗਏ ਸੀ ਤੇ ਇਸ ਗਿੰਬਲ ਤੇ ਸ਼ੂਟ ਕੀਤੇ ਪਰ ਹੁਣ ਚੱਕਰ ਕੀ ਪੈਂਦਾ ਹੈ ਜਦੋਂ ਮੋਢੇ ਤੇ ਬੈਗ ਟੰਗਣਾ ਹੁੰਦਾ ਕਿਰਨ ਨੇ ਛੋਟਾ ਜਿਹਾ ਕੈਰੀ ਬੈਗ ਹਨਾ ਤੇ ਉਹਦੇ ਵਿੱਚ ਪਹਿਲਾਂ ਇਹਨੂੰ ਪਸਾਓ ਫਿਰ ਪਾਣੀ ਦੀ ਬੋਤਲਾਂ ਪਸਾਓ ਮਤਲਬ ਭਾਰੀ ਹੋ ਜਾਂਦਾ ਸੀ ਕੰਮ ਫਿਰ ਇਹ ਗਿੰਬਲ ਤਾਂ ਵਧੀਆ ਹੈ ਕਿਸੇ ਕੋਈ ਕਮੀ ਨਹੀਂ ਇਹਦੇ ਚ ਲੇਕਿਨ ਵੱਡਾ ਬਹੁਤ ਹੈ ਇਹ ਵੱਡਾ ਬਹੁਤ ਹੈ ਫਿਰ ਅਸੀਂ ਆਹ ਗਿੰਬਲ ਲੈ ਲਿਆ ਇਹ ਗਿੰਬਲ ਬਹੁਤ ਛੋਟਾ ਹੈ ਇਹ ਇਹਨੂੰ ਆਪਾਂ ਆਰਾਮ ਨਾਲ ਜੇਬ ਵਿੱਚ ਵੀ ਪਾ ਸਕਦੇ ਹਾਂ ਜੇਬ ਵਿੱਚ ਪੈ ਗਿਆ ਆਹ ਦੇਖੋ ਇਹਨੂੰ ਬੈਗ ਦੀ ਲੋੜ ਨਹੀਂ ਪੈਂਦੀ ਇਹ ਜੇਬ ਵਿੱਚ ਪੈ ਜਾਂਦਾ ਜੇ ਮੇਰੀ ਜੀਨਸ ਵੱਡੀ ਪਾਈ ਹੋਵੇ ਮੈਂ ਖੁੱਲੀ ਡੁੱਲੀ ਫਿਰ ਆਰਾਮ ਨਾਲ ਜੇਬ ਵਿੱਚ ਆ ਜਾਂਦਾ ਇਹ ਗਿੰਬਲ ਦਾ ਕੀ ਫਾਇਦਾ ਹੁੰਦਾ ਦੋਸਤੋ ਤੁਹਾਨੂੰ ਦੱਸਿਆਗਾ ਇੱਥੇ ਫੋਨ ਲਗਾ ਕੇ ਆਪਾਂ ਇਹ ਇਲੈਕਟ੍ਰੋਨਿਕ ਹੁੰਦਾ ਪੂਰਾ ਫੋਨ ਹਿੱਲਣ ਨਹੀਂ ਦਿੰਦਾ ਕਿਉਂਕਿ ਆਪਾਂ ਕਈ ਵਾਰ ਮੰਨ ਲਓ ਭੱਜਣਾ ਹੁੰਦਾ ਸ਼ੂਟ ਕਰਨਾ ਹੁੰਦਾ ਆਪਾਂ ਤੁਰ ਕੇ ਤੁਹਾਨੂੰ ਚੀਜ਼ਾਂ ਦਿਖਾਉਣੀਆਂ ਹੁੰਦੀਆਂ ਨੇ ਭੱਜਣਾ ਅਟਕੇ ਤਾਂ ਇਹ ਗਿੰਬਲ ਕੀ ਕਰਦਾ ਇਹ ਗਿੰਬਲ ਤੁਹਾਨੂੰ ਜਰਕ ਨਹੀਂ ਆਉਣ ਹੁੰਦਾ ਵੀਡੀਓ ਨੂੰ ਸ਼ੇਕ ਨਹੀਂ ਕਰਨ ਦਿੰਦਾ ਜਿਵੇਂ ਆਪਾਂ ਮੰਨ ਲਓ ਫੋਨ ਫੜ ਕੇ ਭੱਜੀਏ ਨਾ ਤਾਂ ਵੀਡੀਓ ਹਿੱਲਣ ਲੱਗ ਜਾਂਦੀ ਹੈ ਸ਼ੇਕ ਕਰਦੀ ਹੈ ਤਾਂ ਇਹਦੇ ਨਾਲ ਸ਼ੇਕ ਨਹੀਂ ਹੁੰਦਾ ਜਮਾਂ ਵੀ ਫੋਨ ਹੁਣ ਬੇਸਿਕਲੀ ਤੁਹਾਨੂੰ ਦੱਸਤਾ ਤੁਹਾਨੂੰ ਜ਼ਰੂਰਤ ਨਹੀਂ ਗੀ ਵੀ ਤੁਸੀਂ ਗਿੰਬਲ ਲੈਣਾ ਹੈ ਠੀਕ ਹੈ ਤੁਸੀਂ ਇੱਕ ਛੋਟੀ ਜਿਹੀ ਸੈਲਫੀ ਸਟਿੱਕ ਲੈ ਸਕਦੇ ਹੋ ਠੀਕ ਹੈ 300-400 ਰੁਪਏ ਦੀ ਅਤੇ ਫੋਨ ਜਿਹੜਾ ਤੁਹਾਡੇ ਕੋਲ ਥੋੜ੍ਹਾ ਕੈਮਰਾ ਠੀਕ ਠਾਕ ਹੋਵੇ ਉਹ ਲੈ ਲਓ ਉੱਥੋਂ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਆਪਣੀ ਵੀਡੀਓਜ਼ ਬਣਾਉਣ ਦੀ ਹੁਣ ਕੰਟੈਂਟ ਤੁਸੀਂ ਕੋਸ਼ਿਸ਼ ਕਰਿਆ ਕਰੋ ਦੋਸਤੋ ਇੱਦਾਂ ਦਾ ਰੱਖਿਓ ਵੀ ਜਿਹਦੇ ਨਾਲ ਤੁਹਾਡੇ ਨਾਲ ਆਡੀਅੰਸ ਕਨੈਕਟ ਹੋਵੇ ਇਮੋਸ਼ਨਲੀ ਵੀ ਅਤੇ ਪਿਆਰ ਨਾਲ ਤੁਹਾਡੀ ਫੈਮਿਲੀ ਮੈਂਬਰ ਬਣ ਜੇ ਜਿਵੇਂ ਸਾਨੂੰ ਲੱਗਦਾ ਵੀ ਤੁਸੀਂ ਸਾਡੀ ਫੈਮਿਲੀ ਮੈਂਬਰ ਹੋ ਹਨਾ ਇਮੋਸ਼ਨਲੀ ਆਪਾਂ ਕਨੈਕਟਿਡ ਆ ਆਪਾਂ ਅਪ੍ਰੈਲ ਦੇ ਵਿੱਚ ਸ਼ੁਰੂ ਕੀਤਾ ਸੀ ਅੱਜ ਸਾਨੂੰ ਲੱਗਦਾ ਵੀ ਸਾਡੀ ਅੱਛੀ ਗਰੋਥ ਹੋਈ ਹੈ ਵਧੀਆ ਬਹਿ ਕੇ ਗੱਲ ਕਰੀਏ ਵੀ ਅੱਜ ਅਤੇ ਜਦੋਂ ਹੁਣ ਆਪਾਂ ਵੀਡੀਓ ਬਣਾਉਣੀ ਹੁੰਦੀ ਹੈ ਕੰਟੈਂਟ ਦਾ ਤੁਸੀਂ ਦੇਖ ਲਿਆ ਵੀਡੀਓ ਬਣਨ ਤੋਂ ਬਾਅਦ ਇਕੱਠੀ ਗੁੱਠੀ ਕਰ ਲਈ ਅਤੇ ਇਹਨੂੰ ਐਡੀਟਿੰਗ ਕਿੱਥੋਂ ਕਰਨੀ ਹੈ ਐਡੀਟਿੰਗ ਕਰਦੇ ਹਾਂ ਅਸੀਂ VN ਤੋਂ ਪਹਿਲਾਂ ਮੈਂ ਕਰਦਾ ਸੀ ਫਿਲਮੋਰਾ ਦੇ ਉੱਪਰ ਫਿਲਮੋਰਾ ਦੇ ਉੱਪਰ ਇੱਦਾਂ ਹੁੰਦਾ ਸੀ ਕਿ ਥੋੜ੍ਹਾ ਟਾਈਮ ਲੱਗ ਜਾਂਦਾ ਸੀ VN ਇੱਕ ਐਸੀ ਐਪ ਹੈ ਜਿਹੜੀ ਐਂਡਰੋਇਡ ਫੋਨ ਵਿੱਚ ਵੀ ਹੁੰਦੀ ਹੈ ਅਤੇ iOS ਵਿੱਚ ਵੀ ਹੁੰਦੀ ਹੈ ਅਤੇ ਇਹ ਐਪ ਬਿਲਕੁਲ ਫ੍ਰੀ ਹੈ ਫ੍ਰੀ ਆਫ ਕੋਸਟ ਹੈ ਬੜੀ ਸੌਖੀ ਅਤੇ ਬਹੁਤ ਆਸਾਨ ਹੈ ਐਪ ਅਸੀਂ ਇੱਥੋਂ ਹੀ VN ਐਪ ਤੋਂ ਹੀ ਅਸੀਂ ਆਪਣੀ ਵੀਡੀਓਜ਼ ਐਡਿਟ ਕਰਦੇ ਹਾਂ ਫੋਨ ਦੇ ਵਿੱਚ ਹੀ ਕਰਦੇ ਹਾਂ ਐਡੀਟਿੰਗ ਪਹਿਲਾਂ ਲੈਪਟੋਪ 'ਤੇ ਕਰਦਾ ਸੀ ਹੁਣ ਫਿਰ ਮੈਂ ਫੋਨ ਦੇ ਵਿੱਚ ਹੀ ਕਰਨ ਲੱਗ ਗਿਆ ਰੀਲਸ ਨੂੰ ਵੀ ਇੱਥੋਂ ਹੀ ਐਡਿਟ ਕਰਦਾ ਉਸ ਐਪ ਦੇ ਵਿੱਚ ਜੇ ਤੁਹਾਡੇ ਫੋਨ ਹੈਗੇ ਤੁਹਾਡੇ ਫੋਨ 'ਚ ਹੈਗੀ ਇਹ ਐਪ ਹੈ ਜੀ ਇੱਦਾਂ ਦੀ ਆਰਾਮ ਦੇ ਨਾਲ ਵੀਡੀਓ ਬਣਦੀ ਰਹਿੰਦੀ ਹੈ ਤੁਸੀਂ ਇੱਥੇ ਕਟਿੰਗ ਕੁਟਿੰਗ ਕਰ ਸਕਦੇ ਹੋ ਕਾਫੀ ਕੁਛ ਇਸ VN ਐਪ ਦੇ ਵਿੱਚ ਬਹੁਤ ਸੌਖੀ ਅਤੇ ਸਿੰਪਲ ਐਪ ਹੈ ਬੜੇ ਆਰਾਮ ਦੇ ਨਾਲ ਇੱਥੋਂ ਵੀਡੀਓ ਬਣ ਜਾਂਦੀ ਹੈ ਹੁਣ ਦੂਸਰੀ ਗੱਲ ਜਦੋਂ ਵੀਡੀਓ ਐਡਿਟ ਕਰਦੇ ਹੋ ਐਡਿਟ ਕਰਨ ਤੋਂ ਬਾਅਦ ਉਹਦਾ ਥੰਬਨੇਲ ਮਤਲਬ ਉਹ ਹੁੰਦਾ ਜਿਹੜਾ ਬੋਰਡ ਆਪਾਂ ਪੋਸਟਰ ਦੇਖ ਕੇ ਵੀਡੀਓ ਖੋਲਦੇ ਹਾਂ ਨਾ ਵੀ ਸਾਹਮਣੇ ਇੱਕ ਟਾਈਟਲ ਲਿਖਿਆ ਹੁੰਦਾ ਉੱਪਰ ਫੋਟੋ ਦੇ ਵਿੱਚ ਕੁਝ ਲਿਖਿਆ ਹੁੰਦਾ ਉਹ ਥੰਬਨੇਲ ਹੁੰਦਾ ਉਹ ਬਣਾਉਣਾ ਵੀ ਕਈ ਵਾਰ ਜ਼ਰੂਰੀ ਹੈ ਕਿਉਂਕਿ ਉੱਥੋਂ ਆਡੀਅੰਸ ਨੂੰ ਪਤਾ ਲੱਗਦਾ ਵੀ ਇਸ ਵੀਡੀਓ ਇਹ ਕਿਸ ਰਿਲੇਟਿਡ ਵੀਡੀਓ ਹੈਗੀ ਹੈ
फिर जो टाइटल लिखते हैं टाइटल भी थोड़ा इन्ना कैची होना चाहिए। हाँ गलत नहीं होना चाहिए, गलत कहने का मतलब जो रेलीवेंट होना चाहिए, जिवें की तुहाड़ी वीडियो है जिवें दा तुहाड़ा ब्लॉग है उहदे नाल मैच करना होना चाहिए। ये नहीं होएगा मैं लिखदा कि मैं चलिया जी लाहौर तो मैं बैठा हूँ, मैं इतने मैं चलिया जी मैं अमृतसर चलिया जी पर मैं बैठा मैं रोटी खा रहा कुछ होर कर रहा, और रिलेट करना चाहिए टॉपिक तुहाडा। ठीक है जी, ये हो गया अपना वीडियो। जदों साडे यूट्यूब दे उपर 1000 सबसक्राइबर ते टोटल वॉच टाइम मतलब जिन्नी वीडियोज़ बनाई हुई ने अपना मतलब अपना 50 वीडियो बनाती ने 50 वीडियो किन्ने बार देखा गया है सारे मिला के जिन्या भी वीडियोज़ ने 4000 घंटे टोटल होने चाहिए ने। जो ये हो जाए तो चैनल हो जाता मोनेटाइज। मोनेटाइज का मतलब की है कि तुम यूट्यूब के नाल एक पार्टनर बन जाते हो पैसे कमाण का। जो यूट्यूब के पर तुम साड़ी वीडियो देखते हो ऐड आती है ना स्टार्टिंग स्टार्टिंग दे विच या विचकार जी एक ऐड आती है, वह जिहड़े बंदे ने ऐड चलाई होंदी है पैसे देकर चलाई होंदी है यूट्यूब ने पैसे देंदे ने, यूट्यूब अपना हिस्सा रख लैंदा कुछ कुछ सानू दे दिंदा उस ऐड विचों। तो उत्तों हरेक वीडियो जो साड़ी मोनेटाइज हो जाती है, फिर जो मोनेटाइज होगी फिर हरेक वीडियो अपनी मोनेटाइज होंगी उत्तों सानू अर्निंग आती है। यूट्यूब के जो पैसे आते हैं जिमें मान लो ये जनवरी महीना चल रहा है, इस जनवरी महीने के जिन्हें टोटल मेरे पैसे बनने वो फरवरी की 8 तरीक न मेरे एडसेंस में शो हो जाएंगे कि एडसेंस अकाउंट बनाना पैंता है। कली यूट्यूब तो डायरैक्ट पेमेंट नहीं आती, अपन एडसेंस का एक अकाउंट बनाना पैंता है, एडसेंस के नाल यूट्यूब नूं लिंक करना पैंता है, अपना बैंक अकाउंट में खाता नंबर सारा कुछ भरना पैंता है, तुहानूं एक पिन आता है यूट्यूब गूगल गूगल तुहानूं एक पिन भेजदी है तुहाडे घर अड्रैस से जो अड्रैस है वह पिन तुसीं एडसेंस पाओगे तो एडसेंस एक्टिवेट होएगा। एक लंबा थोड़ा प्रोसीजर है एडसेंस अकाउंट जो थोड़ा बन गया यूट्यूब भी सारा कुछ हो गया, पूरी जनवरी की पेमेंट 8 तो 12 फरवरी में शो होएगी एडसेंस में, तो अकाउंट में आएगी 20 तो लैके 25 फरवरी फरवरी के मतलब इस महीने की पेमेंट जनवरी की सानू अगले महीने मिलेगी 20 तो 25 के एक डेढ़ महीना लेट आती है पेमेंट है ना, फिर ये पेमेंट आ जाए ने। जिन्नियां भी मेरी भैन भरा कोई भी वीडियोस बनाना चाहता है ब्लॉगिंग स्टार्ट करना चाहते हैं कुछ भी नई ब्लॉग स्टार्ट करने तो जिम्मे किसी ने कहा कि अभी धार्मिक रिलेटिड वीडियोज़ पाने कुछ भी वीडियोज़ पाना चाहते हो तो तुम कोई गल नहीं साढ़े तो पुछ सकते हो, कोई भी हेल्प की लड़ हो असं तुम जरूर गाइड करा। तो बाकी आ जो गिंबल गुंबल ने ना ये तुम हाले स्टार्टिंग लैन की लड़ नहीं, जो लै सकते तो लै लो कोई दिक्कत वाली गल नहीं, नहीं लैने तो कोई चक्कर नहीं। एक छोटी जी सैल्फी स्टिक एक फोन बस बहुत जो अर्निंग आने लग गई उतो या लगन लग गया स्कोप देख रहा हो हाँ भी हूँ ये स्कोप हैगा साड़ी वीडियो अच्छिया चल रही ने, फिर तुम अपना थोड़ा थोड़ा अपग्रेड कर लो फोन थोड़ा चेंज कर लो आईफोन ले लो या एक ओसमो पोकेट आती है एडा क कैमरा जी एडा क इन्ना क पतला जहा ओसमो पोकेट होंगे वह एडा क कैमरा लगा होंगे एड्डी डंडी होंगी गिंबल भी बच्चे ही होंगे कैमरा भी होंगे जेब पै जाता पोकेट वह नाम ही है वह 20-25 हज़ार रुपये का मेरे ख्याल वो लै सकते हो, पर लैपटॉप के डाटा पाना पै करेगा लैपटॉप के एडिटिंग करनी पै करेगी। कोशिश ये देखो आईफोन ले लो आईफोन बेस्ट है ब्लॉगिंग लिए बेस्ट, वे कैमर की लड़ नहीं पैंती क्योंकि ये को एक हैंडी है चक के तुर सो आईफोन 13 लै लो होर कोई लैन की लड़ नहीं अच्कल सस्ते भी हो पे ने आईफोन 13 लै लो वन टाइम इनवैसटमेंट है बहुत वधिया रहेगा, पर उस तो पहला जेडे फोन है उन्होंने काम चलाओ पहला चैक करो अपने आप ही किड़ा जो कंटेंट अस पा रहे हैं किमें चल रहा सू कि रिस्पोंस आ रहा है। बाकी ये गल नहीं कि तुम महीने दो महीने में टाइम लगता वा हाँ एक सबर बहुत जरूरी है तुम घट्टो घट 3-4 महीने लगातार वीडियोज पाओ तो भुल जाओ बस वीडियो पा रहे हैं 4-5 महीने लगनगे फिर जाके तुम रिजल्ट आएगा। ठीक है वो तो वादू अलग अलग सोशल मीडिया प्लेटफॉर्म्स से शेयर कराया करो वीडियोज़ में है ना कनैक्ट रखो बस यही होंगे जिमें असी करते हैं सूँ इदा लगता कि अभी ठीक हाँ जिन्ना क असी टाइम दे रहे हैं ब्लॉगिंग में या जिन्ना क असी कर पा रहे उस हिसाब से अच्छा रिस्पोंस है ना, क्योंकि असी फुल टाइम तो है नहीं तुम्हें पता वा पार्ट टाइम ब्लॉगर है ना, और जो फुल टाइम दईए फिर असी होर भी बड़ी चीज़ा अपनावे भी सू बहुत कुछ करना पेगा फिर घर नहीं बैठा निकल जाएंगे बुरी बिस्तर चक के कितने ना कि बहुत कुछ दिखावे है ना, पर असी फुल टाइम ब्लॉगर नहीं हाँ। ठीक है दोस्तों उम्मीद करता तुम्हें सारा सैटअप ठीक लगे होना, जो तुम कुछ होर भी जानना चाहते हो सू जरूर कमेंट करके दस्यो असं वह भी तुम दसा। ठीक है जी बाय बाय।